ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਮੇਜ਼ਿੰਗ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਤੁਹਾਨੂੰ ਹਰ ਵਾਰ ਅਸੀਂ ਇੱਕ ਨਵੇਂ ਆਰਟਿਸਟ ਨਾਲ ਮਿਲਵਾਉਂਦੇ ਹਾਂ, ਲੇਕਿਨ ਅੱਜ ਜਿਹਨਾਂ ਨਾਲ ਅਸੀਂ ਮਿਲਵਾਉਣ ਜਾ ਰਹੇ ਨੇ ਉਹ ਨੇ ਇੱਕ ਆਰਟਿਸਟ ਮੇਕਰ, ਇੱਕ ਫਿਲਮ ਦੇ ਥੰਮ ਜਿਹੜੇ ਡਾਇਰੈਕਟਰ ਨੇ। ਮੁਕਲਾਵਾ ਫਿਲਮ ਦੀ ਗੱਲ ਕਰਨ ਜਾ ਰਹੇ ਹਾਂ, ਜੋ ਫਿਲਮ ਹੁਣ ਮੁਕਲਾਵਾ ਫਿਲਮ ਜੋ ਰਿਲੀਜ਼ ਹੋ ਰਹੀ ਹੈ, ਐਮੀ ਵਿਰਕ ਜੀ ਔਰ ਸੋਨਮ ਬਾਜਵਾ ਦੀ ਫਿਲਮ ਹੈ, ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਉਹ ਹੈ ਸਾਡੇ ਨਾਲ ਮੌਜੂਦ ਨੇ, ਨਾਮ ਉਹਨਾਂ ਦਾ ਸਿਮਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮੇਜ਼ਿੰਗ ਟੀਵੀ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਮੁਕਲਾਵਾ ਫਿਲਮ ਦੀ ਗੱਲ ਕਰ ਰਹੇ ਹਾਂ, ਤੁਸੀਂ ਉਹਨਾਂ ਨੂੰ ਡਾਇਰੈਕਟ ਕੀਤਾ, ਸਭ ਤੋਂ ਪਹਿਲਾਂ ਵੀ ਬਹੁਤ ਬਹੁਤ ਕੰਗਰੈਚੁਲੇਸ਼ਨਸ। ਥੈਂਕ ਯੂ ਵੈਰੀ ਮਚ। ਅੱਛਾ, ਤੁਸੀਂ ਫਿਲਮ ਬਾਰੇ ਦੱਸੋ ਵੀ ਤੁਹਾਨੂੰ ਕਿਵੇਂ ਅਪਰੋਚ ਹੋਈ ਕਿ ਜਿਹੜੀ ਡਾਇਰੈਕਟਰ ਉਹ ਤੁਸੀਂ ਕਰ ਰਹੇ ਹਾਂ? ਬਸ ਮੈਨੂੰ ਆਈਟੀਐਲ ਤੋਂ ਫੋਨ ਆਇਆ, ਗੁਰਬੀਰ ਸਿੱਧੂ ਅਤੇ ਸਨੀ ਸਿੱਧੂ ਜਿਹੜੇ ਪ੍ਰੋਡਿਊਸਰ ਨੇ, ਤਾਂ ਉਹਨਾਂ ਨੇ ਬੁਲਾਇਆ, ਕਹਿੰਦੇ ਜੀ ਆਪਾਂ ਵੀ ਆ ਸਬਜੈਕਟ ਸੋਚਿਆ ਵੀ ਤੁਸੀਂ ਸੁਣੋ। ਓਕੇ। ਅਤੇ ਵੀ ਟਾਈਟਲ ਮੁਕਲਾਵਾ ਆ, ਅਤੇ ਮੈਨੂੰ ਕਾਫੀ ਇੰਟਰਸਟਿੰਗ ਲੱਗਾ ਕਿਉਂਕਿ ਮੈਂ ਇਹ ਚੀਜ਼ਾਂ ਥੋੜ੍ਹੀਆਂ ਦੇਖੀਆਂ ਹੋਈਆਂ ਸੀਗੀਆਂ ਬਚਪਨ ਦੇ ਵਿੱਚ, ਜਿਸ ਤਰ੍ਹਾਂ ਰਿਸ਼ਤੇਦਾਰ ਜਾਂ ਕੁਛ ਆਸ ਗਲੀ ਗੁਆਂਢ ਦੇ ਵਿੱਚ ਨਾ, ਜੋ ਸਰ ਤੋਂ ਵੱਡੇ ਸੀਗੇ ਉਹਨਾਂ ਦੇ ਮੁਕਲਾਵਾ ਆਉਣਾ ਜਾਣਾ ਇਹ ਚੀਜ਼ਾਂ ਦਾ ਸੀਗਾ ਸੁਣਿਆ, ਤਾਂ ਮੈਨੂੰ ਬੜਾ ਇੰਟਰਸਟਿੰਗ ਥੋਟ ਲੱਗਿਆ, ਅਤੇ ਮੈਂ ਕਿਹਾ ਵੀ ਚਲੋ ਮੈਂ ਜ਼ਰੂਰ ਕਰਾਂਗਾ ਅਤੇ ਸਬਜੈਕਟ ਅੱਛਾ ਬਣ ਸਕਦਾ। ਅੱਛਾ ਸਰ, ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਨਿਊ ਜਨਰੇਸ਼ਨ ਹੈ, ਉਹਨਾਂ ਨੂੰ ਕਈਆਂ ਨੂੰ ਇਹੀ ਨਹੀਂ ਪਤਾ ਕਿ ਮੁਕਲਾਵਾ ਦਾ ਬੇਸਿਕਲੀ ਵਰਡ ਜਿਹੜਾ ਹੈ ਉਹਦਾ ਮਤਲਬ ਕੀ ਹੈ, ਉਹਦੇ ਬਾਰੇ ਦੱਸੋ। ਮੈਂ ਮੁਕਲਾਵਾ ਬੇਸਿਕਲੀ ਵਰਡ ਦਾ ਮਤਲਬ ਇੱਕ ਰਸਮ ਦਾ ਨਾਂ ਹੀ ਮੁਕਲਾਵਾ ਹੈ, ਜਿਵੇਂ ਕਿ ਮੈਰਿਜ ਦਾ ਜਾਂ ਵਿਆਹ ਦਾ ਜਿਹੜਾ ਸਾਰਾ ਹੈਗਾ, ਤਾਂ ਸਭ ਤੋਂ ਪਹਿਲਾਂ ਮੰਗਣੀ ਹੁੰਦੀ ਹੈ, ਮੰਗਣੀ ਵਿਆਹ ਹੁੰਦਾ, ਵਿਆਹ ਤੋਂ ਜਦੋਂ ਬਾਅਦ 'ਚ ਕੁੜੀ ਆਪਦੇ ਸਹੁਰੇ ਘਰ ਜਾਂਦੀ ਹੈ ਤਾਂ ਵਾਪਸ ਉਹਨੂੰ ਲੈ ਆਉਂਦੇ ਨੇ, ਉਸ ਤੋਂ ਬਾਅਦ ਜਦੋਂ ਇੱਕ ਸਾਲ ਬਾਅਦ 6 ਮਹੀਨੇ ਬਾਅਦ ਜਾਂ ਜੋ ਵੀ ਨਿਯਤ ਟਾਈਮ ਹੁੰਦਾ ਉਹਦੇ ਕੋਲ ਹੁੰਦਾ, ਤਾਂ ਉਹ ਕੁੜੀ ਨੂੰ ਵਾਪਸ ਪ੍ਰਾਹੁਣਾ ਲੈ ਕੇ ਜਾਂਦਾ, ਤਾਂ ਜਦੋਂ ਉਹਨੂੰ ਲੈ ਕੇ ਜਾਂਦਾ ਤਾਂ ਉਹ ਕੁੜੀ ਨੂੰ ਤੋਰਨ ਦੀ ਜਿਹੜੀ ਰਸਮ ਆ ਉਹਨੂੰ ਮੁਕਲਾਵਾ ਕਹਿੰਦੇ ਆ, ਤਾਂ ਉਸ ਤੋਂ ਬਾਅਦ ਕੁੜੀ ਹਮੇਸ਼ਾ ਆਪਦੇ ਸਹੁਰੇ ਘਰ ਰਹਿੰਦੀ ਹੈ, ਤਾਂ ਇੱਥੇ ਵਿਆਹ ਸੰਪੂਰਨ ਹੁੰਦਾ, ਅਤੇ ਇਹ ਕਿੰਨੇ ਦਿਨ ਦਾ ਹੋ ਸਕਦਾ ਵਿਆਹ ਤੋਂ ਬਾਅਦ ਮੁਕਲਾਵੇ ਦਾ ਟਾਈਮ, ਇਹ ਪਰਸਨਲ ਲੋਕਾਂ ਦੇ ਉੱਤੇ ਆਪਦੇ ਅਕੋਰਡਿੰਗ ਡਿਪੈਂਡ ਕਰਦਾ, ਕੋਈ ਇਹਦਾ ਮੈਜ਼ਰਮੈਂਟ ਨਹੀਂ ਹੈ ਕਿ ਇੰਨਾ ਹੀ ਚਾਹੀਦਾ, ਕਿਸੇ ਦੇ 6 ਮਹੀਨੇ ਗਿਆ, 8 ਸਾਲ, 6 ਸਾਲ, 2 ਸਾਲ, ਉਮਰ ਦੇ ਅਕੋਰਡਿੰਗ ਇਹ ਚੀਜ਼ਾਂ ਹੁੰਦੀਆਂ ਨੇ। ਅੱਛਾ, ਉਹ ਚੀਜ਼ਾਂ ਅੱਜ ਕੱਲ੍ਹ ਤਾਂ ਨਹੀਂ ਹੁੰਦੀਆਂ? ਨਹੀਂ, ਬਿਲਕੁਲ ਮਿਲ ਨਾ, ਅੱਜ ਕੱਲ੍ਹ ਕਿਤੇ ਇੰਟੀਰੀਅਰ ਦੇ ਵੀ ਸ਼ਾਇਦ ਹੁੰਦੀਆਂ ਹੋਣ, ਹੋ ਸਕਦਾ ਕੋਈ ਪੁਰਾਣੇ ਪਿੰਡਾਂ 'ਚ ਜਾਂ ਕੋਈ ਹੋਰ ਕਿਸੇ ਕਸਬਿਆਂ 'ਚ ਇੱਦਾਂ ਦੀ ਚੀਜ਼ਾਂ ਹੁੰਦੀਆਂ ਹੋਣ। ਨਹੀਂ, ਇੰਟੀਰੀਅਰ 'ਚ ਹੀ ਹੋਊਗਾ, ਜਿਹੜੇ ਬਹੁਤ ਪੁਰਾਣੇ ਮਤਲਬ ਖਿਆਲਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਹੋਏਗਾ, ਕਿਉਂਕਿ ਅੱਜ ਤਾਂ ਯੰਗਸਟਰ ਬਹੁਤ ਫਾਸਟ ਹੋ ਗਏ, ਰੋਮੈਂਸ, ਲਵ ਮੈਰਿਜ, ਮਤਲਬ 2-4 ਦਿਨਾਂ 'ਚ ਵੀ ਕਈ ਵਾਰੀ ਸਾਰਾ ਕੁਛ ਕੰਪਲੀਟ ਹੋ ਜਾਂਦਾ, ਅਤੇ ਬਿਹਾਰ ਯੂਪੀ ਬਿਹਾਰ 'ਚ ਵੀ ਇਹਦੀ ਰਸਮ ਨੂੰ ਗਾਉਣਾ ਕਿਹਾ ਜਾਂਦਾ, ਕਾਫੀ ਲੋਕਾਂ ਨੇ ਸੁਣਿਆ ਹੋਊਗਾ ਗਾਉਣਾ, ਅਤੇ ਫਿਲਮਾਂ ਵਿੱਚ ਵੀ ਕਈ ਵਾਰੀ ਇਹ ਪਾਰਟ ਦੇਖਣ ਨੂੰ ਮਿਲਦਾ, ਅਤੇ ਮੁਕਲਾਵਾ ਆਪਣੀ ਵਾਰੀ ਜੋ ਫਿਲਮ ਦੇ ਕਹਾਣੀ ਦੁਆਰਾ ਕਹੇ ਜਾਣ ਵਾਲੀ ਪਹਿਲੀ ਵਾਰੀ ਇਹ ਚੀਜ਼ ਦਾ ਮਤਲਬ ਵਿਸਥਾਰ ਨਾਲ ਦੱਸਿਆ ਗਿਆ। ਬਿਲਕੁਲ। ਅੱਛਾ, ਜਿਸ ਤਰ੍ਹਾਂ ਤੁਸੀਂ ਐਮੀ ਭਾਅ ਜੀ ਨਾਲ ਕੰਮ ਕੀਤਾ ਨਾ, ਔਰ ਉਸ ਤੋਂ ਬਾਅਦ ਸੋਨਮ ਬਾਜਵਾ ਨਾਲ ਜਿਹੜਾ ਤੁਸੀਂ ਕੰਮ ਕੀਤਾ, ਕਿੰਨਾ ਕੁ ਅੱਛਾ ਔਰ ਕਿੰਨਾ ਕੁ ਡਿਫੀਕਲਟੀ ਕਿਤੇ ਲੱਗਦਾ ਹੈ, ਜਾਂ ਕੁਛ ਹੈ ਵੀ ਉਹਨਾਂ ਨਾਲ ਕੰਮ ਕਰਨਾ ਹੈ, ਜਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਸੈੱਟ ਦੇ ਉੱਤੇ ਵਰਕ ਕਰ ਰਹੇ ਹੋ ਨਾ, ਕਿੰਨੀ ਕੁ ਬਾਉਂਡੇਸ਼ਨ ਜਿਹੜੀ ਹੈ ਵਾਪਸ ਰਹਿੰਦੀ ਹੈ? ਇਹ ਬਹੁਤ ਸਟਰੋਂਗ ਆ, ਕਿਉਂਕਿ ਸੋਨਮ ਨਾਲ 3ਰੀ ਫਿਲਮ ਹੈ ਬੈਕ ਟੂ ਬੈਕ ਮੇਰੀ, ਮਤਲਬ ਐਮੀ ਨਾਲ 5ਵੀਂ 4ਵੀਂ ਫਿਲਮ ਮੁਕਲਾਵਾ, ਉਸ ਤੋਂ ਬਾਅਦ ਇੱਕ ਹੋਰ ਕੰਪਲੀਟ ਹੋ ਚੁੱਕੀ ਹੈ, ਤਾਂ ਇਹਨਾਂ ਨਾਲ ਮੈਨੂੰ ਇੰਨਾ ਜ਼ਿਆਦਾ ਮਤਲਬ ਸਟਰਗਲ ਨਹੀਂ ਕਰਨਾ ਪੈਂਦਾ, ਕਿਉਂਕਿ ਮੈਂ ਉਹਨਾਂ ਨੂੰ ਸਮਝਦਾ, ਮੈਨੂੰ ਸਮਝਦੇ ਆ ਮੈਂ ਕੀ ਚਾਹੁੰਦਾ, ਉਹ ਕੀ ਕਰ ਸਕਦੇ, ਕਿਵੇਂ ਕਰ ਸਕਦੇ, ਮੈਨੂੰ ਸਭ ਪਤਾ, ਅਤੇ ਕਿਵੇਂ ਉਹਨਾਂ ਤੋਂ ਉਹ ਚੀਜ਼ ਨੂੰ ਉਹਨਾਂ ਨੂੰ ਐਕਸਪ੍ਰੈਸ ਕਰਵਾਉਣਾ, ਤਾਂ ਬੜਾ ਹੀ ਮਜ਼ੇ ਦੇ ਨਾਲ ਹੀ ਅਸੀਂ ਕੰਮ ਕਰ ਲੈਂਦੇ ਹਾਂ, ਕੋਈ ਇੰਨਾ ਟੈਨਸ਼ਨ ਨਹੀਂ ਆਉਂਦੀ। ਅੱਛਾ, ਇਸ ਤੋਂ ਪਹਿਲਾਂ ਤੁਸੀਂ ਨਿੱਕਾ ਜੈਲ ਦਾ 2 ਮੂਵੀ ਕਰ ਚੁੱਕੇ ਹੋ ਨਾ, ਅੰਗਰੇਜ਼ ਤੁਸੀਂ ਫਿਲਮ ਕਰ ਚੁੱਕੇ। ਅੱਛਾ, ਉਹਦੇ ਵਿੱਚ ਤੁਸੀਂ ਐਮੀ ਭਾਅ ਜੀ ਨੂੰ ਸਭ ਤੋਂ ਪਹਿਲਾਂ ਲਾਂਚ ਵੀ ਤੁਸੀਂ ਕੀਤਾ ਸੀ, ਅਤੇ ਉਹਦੇ ਬਾਰੇ ਕੁਛ ਦੱਸੋ ਕਿ ਸਭ ਤੋਂ ਫਸਟ ਟਾਈਮ ਤੁਸੀਂ ਉਹਨਾਂ ਨੂੰ ਪਰਦੇ 'ਤੇ ਲੈ ਕੇ ਆਏ ਸੀ। ਹਾਂ, ਇਹ ਅੰਗਰੇਜ਼ ਫਿਲਮ ਦੀ ਜਦੋਂ ਤਿਆਰੀ ਹੋ ਰਹੀ ਸੀ, ਅਮਰਿੰਦਰ ਗਿੱਲ, ਕਾਰਜ ਗਿੱਲ, ਅੰਬਰ, ਇਹ ਸਾਰੇ ਡਿਸਕਸ਼ਨ ਸੀਗਾ ਕਿ ਕਰੈਕਟਰ ਹੈਗਾ ਜਿਹੜਾ ਵੀ ਇਸ ਤਰ੍ਹਾਂ ਦਾ ਕਰੈਕਟਰ ਹੈ ਵੀ ਪਾਕਿਸਤਾਨ, ਉਦੋਂ ਫਿਲਮ ਦਾ ਪਾਕਿਸਤਾਨ ਦਾ ਏਰੀਆ ਦਿਖਾਇਆ ਹੋਇਆ ਸੀ, ਔਰ ਆਜ਼ਾਦੀ ਤੋਂ ਪਹਿਲਾਂ ਦਾ, ਤਾਂ ਉਸ ਤਰ੍ਹਾਂ ਦਾ ਇੱਕ ਕਰੈਕਟਰ ਚਾਹੀਦਾ ਸਾਨੂੰ ਜਿਹੜਾ ਜ਼ਿਆਦਾ ਮਤਲਬ ਖੁੱਲ੍ਹਾ ਡੁੱਲਾ, ਡੀਲ ਡੋਲ, ਸਟਰੋਂਗ। ਤਾਂ ਕਾਫੀ ਅਸੀਂ ਆਰਟਿਸਟਾਂ ਨੂੰ ਮਿਲੇ ਸੀ ਉਦੋਂ, ਸਾਗਾ ਹੀ ਲੋਕਾਂ ਨਾਲ ਗੱਲ ਹੋਈ, ਅਤੇ ਐਮੀ ਉਦੋਂ ਅਪਕਮਿੰਗ ਦੇ ਵਿੱਚ ਸੀਗਾ, ਨਵੇਂ ਆਰਟਿਸਟ ਜਿਹੜੇ ਆ ਰਹੇ ਸੀਗੇ, ਅਤੇ ਉਹਨਾਂ ਦੇ ਵਿੱਚ ਅਸੀਂ ਜਦੋਂ ਐਮੀ ਨੂੰ ਦੇਖਿਆ, ਉਹਨਾਂ ਨੂੰ ਲੱਗਿਆ ਕਿ ਯਾਰ ਇਹ ਕਰੈਕਟਰ ਦੇ ਵਿੱਚ ਬੜਾ ਵਧੀਆ ਫਿੱਟ ਬੈਠਦਾ, ਅਤੇ ਫਿਰ ਉਸੇ ਤਰ੍ਹਾਂ ਉਹਦਾ ਪ੍ਰੋਸੈਸ ਹੋਇਆ, ਫਟਾਫਟ ਸਾਡੀ ਟੀਮ ਨੇ ਉਹਨੂੰ ਬੁਲਾਇਆ, ਡਿਸਕਸ ਕੀਤੀ,
ਤੇ ਉਹਨੂੰ ਅੰਗਰੇਜ਼ ਦੇ ਵਿੱਚ ਚਾਂਸ ਮਿਲਿਆ। ਅੱਛਾ, ਉਹ ਫਸਟ ਹੀ ਤੇ ਬੜਾ ਚੁਲਬਲਾ ਜਿਹਾ ਕਰੈਕਟਰ ਸੀ, ਬੜਾ ਕੋਮੇਡੀ ਸਟਾਈਲ ਦਾ ਵੀ ਕਰੈਕਟਰ ਸੀ, ਬੜਾ ਡਿਫਰੈਂਟ ਸੀ। ਹਾਂ ਬਿਲਕੁਲ, ਮਤਲਬ ਨੋਟੀ ਸ਼ਰਾਰਤੀ, ਮਤਲਬ ਕੋਮੇਡੀ ਵੀ ਸੀ ਉਹਦੇ ਵਿੱਚ, ਮਤਲਬ ਥੋੜ੍ਹਾ ਜਿਹਾ ਵਿਲਨਪਨ ਵੀ ਸੀ, ਨੈਗੇਟਿਵ ਵੀ, ਸਾਰਾ ਕੁਛ ਮਿਕਸ ਸੀਗਾ ਉਹਦੇ ਵਿੱਚ, ਹੀਰੋਪਨ ਵੀ ਸੀ, ਸਾਰੀਆਂ ਚੀਜ਼ਾਂ ਸੀ ਉਸ ਕਰੈਕਟਰ ਦੇ ਅੰਦਰ, ਜੋ ਐਮੀ ਨੇ ਬੜੀ ਬਾਖੂਬੀ ਨਾਲ ਨਿਭਾਈਆਂ ਅਤੇ ਆਡੀਅੰਸ ਨੂੰ ਪਹਿਲੀ ਫਿਲਮ ਤੋਂ ਹੀ ਮਤਲਬ ਐਮੀ ਪਸੰਦ ਆ ਗਿਆ ਸੀ ਅਤੇ ਅੱਜ ਤੁਹਾਡੇ ਸਾਹਮਣੇ ਹੈ। ਬਿਲਕੁਲ। ਅੱਛਾ, ਕਈ ਵਾਰ ਕੁਛ ਇੱਦਾਂ ਦੀ ਚੀਜ਼ਾਂ ਹੋ ਜਾਂਦੀਆਂ ਕਿ ਬੜੇ ਇੰਟਰਸਟਿੰਗ ਇੱਕ ਮੂਮੈਂਟਸ ਬਣ ਜਾਂਦੇ ਕਈ ਵਾਰੀ, ਹੈ ਨਾ, ਕਿ ਸੈੱਟ 'ਤੇ ਕੁਛ ਐਸੇ ਖਾਸ ਜਾਂ ਕੁਛ ਐਸੇ ਫਨੀ ਮੂਮੈਂਟਸ ਜਿਹੜੇ ਹੁੰਦੇ ਰਹਿੰਦੇ ਨੇ ਅਕਸਰ, ਉਹਨਾਂ 'ਚੋਂ ਕੋਈ ਦੱਸੋ। ਫਨੀ ਮੂਮੈਂਟਸ, ਅੰਗਰੇਜ਼ ਦਾ ਇੱਕ ਮੂਮੈਂਟ ਆ ਕਿ ਐਮੀ ਪਹਿਲੇ ਦਿਨ ਜਦ ਸ਼ੂਟ ਕਰਨ ਆਇਆ ਨਾ ਅਤੇ ਐਮੀ ਨੂੰ ਹਾਫ ਸਲੀਪ ਪਾ ਕੇ ਨਾ, ਪਸੰਦ ਨਹੀਂ ਆ ਉਹਨੂੰ, ਮਤਲਬ ਹਾਫ ਸਲੀਪ ਪਾਉਣਾ, ਅਤੇ ਉਹਨੂੰ ਸਾਡੇ ਕੋਸਟਿਊਮ ਵਾਲਿਆਂ ਨੇ ਹਾਫ ਸਲੀਵ ਕੁੜਤਾ ਦੇ ਤਾ ਅਤੇ ਬੜਾ ਅਨਕੰਫਰਟ ਉਹਨੇ ਸੀਨ ਕੀਤਾ, ਬੋਲਿਆ ਹੈ ਨਹੀਂ ਕਿਉਂਕਿ ਫਸਟ ਡੇ, ਫਸਟ ਫਿਲਮ, ਔਰ ਸਾਰੇ ਐਡੇ ਵੱਡੇ ਸਟਾਰ ਫਿਲਮ ਵਿੱਚ ਕੰਮ ਕਰ ਰਹੇ ਆ ਅਤੇ ਉਹਨੇ ਸੋਚਿਆ ਕਿ ਮੈਂ ਕਿਉਂ ਬੋਲਾਂ, ਅਤੇ ਉਹਨੇ ਬੜੇ ਅਨਕੰਫਰਟ ਤਰੀਕੇ ਨਾਲ ਸੀਨ ਕੀਤਾ। ਫਿਲਮ 'ਚ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਅਦਿਤੀ ਨੂੰ ਪਹਿਲੀ ਵਾਰੀ ਮਿਲਣ ਆਉਂਦਾ ਬਾਜ਼ਾਰ ਦੇ ਉੱਤੇ, ਇਹਦੇ ਹਾਫ ਸਲੀਵ ਦਾ ਕੁੜਤਾ ਤਾ, ਫਿਰ ਉਸ ਤੋਂ ਬਾਅਦ ਉਹਨੇ ਸਾਨੂੰ ਕਿਹਾ ਕਿ ਭਾਅ ਜੀ ਮੈਨੂੰ ਥੋੜ੍ਹਾ ਜਿਹਾ ਚੰਗਾ ਨਹੀਂ ਲੱਗਦਾ, ਤਾਂ ਸਰ ਅਸੀਂ ਨਵੇਂ ਉਹਦੇ ਕੁੜਤੇ ਸਾਰੇ ਬਣਵਾਏ ਨੈਕਸਟ ਫਿਲਮ ਦੇ ਵਿੱਚ, ਸਾਰੇ ਫੁੱਲ ਸਲੀਵ ਵਾਲੇ ਸੀ। ਇਸ ਫਿਲਮ ਦੇ ਵਿੱਚ ਕੋਈ ਦੱਸੋ ਜਿਹੜੀ ਮੁਕਲਾਵਾ ਹੁਣ ਜਿਹੜੀ ਰਿਲੀਜ਼ ਹੋ ਜਾ ਰਹੀ ਹੈ, ਇਹਦੇ ਵਿੱਚ ਫਨੀ ਮੂਮੈਂਟ ਸੀਗੇ ਕੁਛ ਕੁਛ ਨਾ, ਬੜੀਆਂ ਹਾਸੇ ਵਾਲੇ ਡਾਇਲੋਗਸ ਜਾਂ ਹਾਸੇ ਵਾਲੀਆਂ ਮੂਵਮੈਂਟਸ ਹੁੰਦੀਆਂ ਸੀਗੀਆਂ, ਤਾਂ ਐਵੀ ਦਾ ਹਾਸਾ ਨਿਕਲ ਜਾਂਦਾ ਸ਼ੋਟ ਤੋਂ ਪਹਿਲਾਂ, ਜਿਸ ਤਰ੍ਹਾਂ ਕਿ ਅਸੀਂ ਉਹ, ਮਤਲਬ ਫਿਲਮ ਦੇ ਵਿੱਚ ਤਾਂ ਹੋਰ ਬਹੁਤ ਸਾਰੇ ਹੈਗੇ ਨੇ ਸੀਨ, ਉਹਦੀ ਟ੍ਰੇਲਰ ਦੇ ਵਿੱਚ ਦੇਖਿਆ ਹੋਣਾ, ਰਿਸ਼ੀ ਮੈਡਮ ਦਾ ਹੱਥ ਫੜ ਕੇ ਉਹਨਾਂ ਨੂੰ ਖਿੱਚ ਰਿਹਾ, ਕਹਿੰਦਾ ਮੂੰਹ ਦਿਖਾ ਦੇ, ਮੂੰਹ ਦਿਖਾ ਦੇ, ਹੈ ਨਾ, ਉਹ ਤਿੰਨ ਚਾਰ ਰੀਟੇਕ ਇਸ ਤਰ੍ਹਾਂ ਦੇ ਹੋਏ, ਮਤਲਬ ਉਹ ਬੋਲਦੇ ਬੋਲਦੇ ਐਮੀ ਜਦੋਂ ਮੈਡਮ ਉੱਠ ਕੇ ਉਹ ਦੇਖਦੇ ਸੀਗੇ ਤਾਂ ਉਹਦਾ ਹਾਸਾ ਨਿਕਲ ਜਾਂਦਾ ਸੀ। ਇਹ ਕਈ ਇਸ ਤਰ੍ਹਾਂ ਦੀਆਂ ਕਈ ਮੂਮੈਂਟਸ ਨੇ ਪੂਰੀ ਫਿਲਮ ਦੇ ਵਿੱਚ ਜਿੱਥੇ ਉਹਨੂੰ ਹਾਸਾ ਕੰਟਰੋਲ ਕਰਨਾ ਬੜਾ ਮੁਸ਼ਕਿਲ ਲੱਗਦਾ। ਅੱਛਾ ਸਰ, ਜਿਵੇਂ ਮੂਵੀਜ਼ ਵਿੱਚ ਹੋਰ ਬਹੁਤ ਸਾਰੇ ਆਰਟਿਸਟ ਕੰਮ ਕਰ ਰਹੇ ਨੇ, ਜਿੱਦਾਂ ਗੁਰਦੇਵ ਧੋਬੀ ਜੀ ਨੇ, ਮਰਿਸ਼ੀ ਜੀ ਨੇ, ਕਰਮਜੀਤ ਅਨਮੋਲ ਜੀ ਨੇ, ਹੋਰ ਕਈ ਆਰਟਿਸਟ ਨੇ ਜਿਹੜੇ ਦਿੱਗਜ ਆਰਟਿਸਟ ਨੇ, ਉਹਨਾਂ ਨਾਲ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਤੁਹਾਡੀ ਬੌਂਡੇਸ਼ਨ ਰਹਿੰਦੀ ਹੈ ਜਾਂ ਕਿੰਨਾ ਕੁ ਸੌਖਾ ਰਹਿੰਦਾ, ਕਿਉਂਕਿ ਉਹ ਬਹੁਤ ਚਿਰ ਤੋਂ ਪਰਦੇ 'ਤੇ ਆਲਮੋਸਟ ਕੰਮ ਕਰਦੇ ਨੇ। ਹਾਂ, ਮੇਰੇ ਨਾਲ ਮੋਸਟਲੀ ਸਾਰੇ ਆਰਟਿਸਟਾਂ ਨੇ, ਇਹਨਾਂ ਨੇ ਕੰਮ ਕੀਤਾ ਹੋਇਆ, ਕੋਈ ਕਰਮਜੀਤ ਫਸਟ ਫਿਲਮ ਤੋਂ ਹੀ ਹੈ ਮੇਰੇ ਨਾਲ, ਔਰ ਘੁੱਗੀ ਜੀ ਸੈਕਿੰਡ ਫਿਲਮ ਹੈ, ਬੀ ਐਨ ਜੀ ਸੈਕਿੰਡ ਫਿਲਮ ਹੈ, ਅਤੇ ਐਜ ਏ ਅਸਿਸਟੈਂਟ ਵੀ ਜਦੋਂ ਅਸੀਂ ਕਰਦੇ ਸੀ ਉਦੋਂ ਵੀ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਕੰਮ ਕੀਤਾ, ਔਰ ਰਿਸ਼ੀ ਮੈਮ ਨਾਲ ਤਾਂ ਮੈਂ ਅੰਗਰੇਜ਼ ਤੋਂ ਸ਼ੁਰੂ ਕੀਤਾ, ਤਾਂ ਕੰਟੀਨਿਊ ਇਹਨਾਂ ਦਾ ਚਾਰ ਪੰਜ ਫਿਲਮਾਂ ਹੋ ਚੁੱਕੀਆਂ ਨੇ, ਤਾਂ ਇੰਨੀ ਕੋਈ ਦਿੱਕਤ ਨਹੀਂ ਹੁੰਦੀ। ਬੜਾ ਫੈਮਿਲੀ ਤਰੀਕੇ ਦਾ ਮਾਹੌਲ ਹੁੰਦਾ ਜਦੋਂ ਅਸੀਂ ਕੰਮ ਕਰਦੇ, ਬੜੇ ਹਾਸੇ ਮਜ਼ਾਕ ਨਾਲ ਹੀ ਕੰਮ ਕਰਦੇ ਹਾਂ, ਮਤਲਬ ਇੰਨਾ ਜ਼ਿਆਦਾ ਟੈਨਸ਼ਨ ਲੈ ਕੇ ਜਾਂ ਸੀਰੀਅਸ ਹੋ ਕੇ ਨਹੀਂ ਕਰੀਦਾ। ਅੱਛਾ, ਸਾਰੇ ਜਿਵੇਂ ਆਰਟਿਸਟ ਇੱਕ ਵਾਰੀ ਇਕੱਠੇ ਰਹਿੰਦੇ ਆ ਨਾ, ਜਿੱਦਾਂ ਇੱਕ ਸੈੱਟ ਦੇ ਉੱਤੇ ਮੂਵੀ ਚੱਲ ਰਹੀ ਹੈ ਜਾਂ ਕੋਈ ਸ਼ੂਟ ਚੱਲ ਰਿਹਾ, ਅਤੇ ਉਸ ਦੌਰਾਨ ਕੋਈ ਫਨੀ ਮੂਮੈਂਟ ਕੁਛ ਹੁੰਦਾ? ਨਹੀਂ, ਹੋ ਜਾਂਦਾ ਕਈ ਵਾਰੀ, ਉਹੀ ਹੁੰਦਾ ਕਿ ਚੱਲਦੇ ਸੀਨ ਦੇ ਵਿੱਚ ਜਦੋਂ ਹਾਸੇ ਵਾਲੀ ਕਈ ਵਾਰੀ ਮੂਵਮੈਂਟ ਆਉਂਦੀ ਹੈ ਤਾਂ ਸਾਰੇ, ਮਤਲਬ ਸਾਰਿਆਂ ਦਾ ਹਾਸਾ ਨਿਕਲ ਜਾਂਦਾ, ਕਿਉਂਕਿ ਆਪਣੀ ਕੋਮੇਡੀ ਫਿਲਮਸ ਹੁੰਦੀਆਂ ਅਤੇ ਉਹਦੇ ਵਿੱਚ ਤਾਂ ਉਹ ਜਿਹੜੀ ਮੂਵਮੈਂਟ ਹੁੰਦੀ ਆ ਬੜੀ ਫਿਲਮ ਦੇ ਵਿੱਚ ਕੈਪਚਰ ਹੁੰਦੀ ਆ। ਇਸ ਵਾਰ ਸ਼ਾਇਦ ਮੈਂ ਉਹਨਾਂ ਚੀਜ਼ਾਂ ਨੂੰ, ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਤਾਂ ਨਿੱਕਾ 3 ਦੇ ਵਿੱਚ ਸੋਚ ਰਿਹਾ ਕਿ ਰੂਲਿੰਗਸ ਦੇ ਵਿੱਚ ਸਾਰੀਆਂ ਪਾਵਾਂ ਵੀ ਕਿਸ ਤਰ੍ਹਾਂ, ਕਿਸ ਪੁਆਇੰਟ ਦੇ ਉੱਤੇ ਵੀ ਕਿਸ ਡਾਇਲੋਗ ਦੇ ਉੱਤੇ ਸਾਰੇ ਆਰਟਿਸਟਾਂ ਨੂੰ ਐਸਾ ਜਾਂਦਾ ਤਾਂ ਆਡੀਅੰਸ ਨੂੰ ਤਾਂ ਸ਼ੋਰ ਆ ਹੋਣਾ, ਕਿਉਂਕਿ ਇੰਨੇ ਅੱਛੇ ਆਰਟਿਸਟ ਨੇ, ਇੰਨੇ ਕੋਮੇਡੀਅਨਸ ਆਰਟਿਸਟ ਵੀ ਨੇ, ਅਤੇ ਅਗਰ ਉਹ ਪਰਦੇ ਦੀ ਇੰਨੀ ਕੋਮੇਡੀ ਕਰਦੇ ਤਾਂ ਰੀਅਲ ਲਾਈਫ ਵੀ ਆਲਮੋਸਟ ਉੱਦਾਂ ਦੇ ਰਹਿੰਦੇ ਹੀ ਆ। ਬਿਲਕੁਲ ਬਿਲਕੁਲ, ਸਾਰਿਆਂ ਦਾ ਸਵਾਦ, ਜਿਵੇਂ ਘੁੱਗੀ ਜੀ ਹੈ, ਬੀ ਐਨ ਜੀ ਹੈ, ਸਾਰੇ ਮਤਲਬ ਕਰਮਜੀਤ ਹੈ, ਵੀ ਮੋਸਟਲੀ ਜਦੋਂ ਬੈਠੇ ਹਾਂ ਤਾਂ ਜਿਹੜੀ ਪੰਜਾਬੀਆਂ ਦੀ ਆਦਤ ਰਹਿੰਦੀ ਹੈ ਹਮੇਸ਼ਾ ਹੱਸਣਾ, ਖੁਸ਼ੀ, ਕੋਈ ਪੰਜ ਮਾਰਨਾ ਗੱਲ 'ਤੇ ਪੁਆਇੰਟ ਕੱਢ ਲੈਣਾ, ਤਾਂ ਉਹ ਤਾਂ ਚੱਲਦਾ ਰਹਿੰਦਾ ਬਹੁਤ। ਅੱਛਾ, ਫਿਲਮ ਦੀ ਗੱਲ ਕਰੀਏ ਤਾਂ ਫਿਲਮ 'ਚ ਜਿਹੜੇ ਗੀਤ ਨੇ ਨਾ, ਉਹ ਕਿਹੜੇ ਸਿੰਗਰਸ ਨੇ ਗਾਏ ਨੇ? ਸਾਰਿਆਂ ਦੇ ਹੈ, ਕਾਫੀ ਸਾਰੇ ਹੈ, ਕਮਲ ਖਾਨ ਦਾ, ਐਮੀ ਦਾ ਵੀ ਹੈ, ਮਤਲਬ ਹੈਪੀ ਦਾ ਗਾਣਾ ਹੈ, ਸਾਰਿਆਂ ਨੇ ਗਾਏ ਆ, ਆਪਣੇ ਮੰਨਤ ਨੂਰ ਦਾ ਹੈ, ਅਤੇ ਫਿਲਮ 'ਚ 7 ਸੌਂਗ ਨੇ, ਅਤੇ ਸਾਰੇ ਆਰਟਿਸਟਾਂ ਨੇ ਜਿਹੜੇ ਸਿੰਗਰਸ ਨੇ ਉਹਨਾਂ ਨੇ ਪਲੇਬੈਕ ਕੀਤਾ, ਅਤੇ ਬਹੁਤ ਸੋਹਣਾ ਮਿਊਜ਼ਿਕ ਬਣਿਆ, ਗੁਰਮੀਤ ਸਿੰਘ ਦਾ ਮਿਊਜ਼ਿਕ ਹੈ, ਅਤੇ ਉਹ ਫੁੱਲੀ ਹੈ ਕਿ ਇਸ ਸਾਲ ਕਾਫੀ ਅੱਛਾ ਜਾਣਾ ਚਾਹੀਦਾ ਮਿਊਜ਼ਿਕ। ਓਕੇ ਓਕੇ, ਰਾਈਟਰਸ ਨੇ ਜਿਹੜੇ ਗੀਤਾਂ ਦੇ, ਜਿਹੜੇ ਰਾਈਟਰਸ ਨੇ ਉਹ ਕੌਣ ਨੇ? ਹਾਂ, ਹੈਪੀ ਰਾਏ ਕੋਟੀ ਨੇ ਗਾਣਾ ਲਿਖਿਆ, ਇੱਕ ਮੁੰਡਾ ਆਪਣਾ ਨਾਮ
ਨਿਕਲ ਜਾਂਦਾ ਮੇਰੇ ਚੋਂ ਜਿਹੜੇ ਲੌਂਗ ਲੈਚੀ ਲਿਖਿਆ ਮੁੰਡੇ ਨੇ, ਹਾਂ ਉਹਨੇ ਵੀ ਦੋ ਤਿੰਨ ਗੁਲਾਬੀ ਪਾਣੀ ਲਿਖਿਆ ਗਾਣਾ, ਫਿਰ ਜਿਹੜਾ ਫਿਲਮ ਦੇ ਡਾਇਲੋਗ ਲਿਖਿਆ ਮੁੰਡਾ ਰਾਜੂ ਵਰਮਾ, ਉਹਦਾ ਇੱਕ ਜੁੱਤੀ ਸੌਂਗ ਹੈਗਾ, ਤਾਂ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਆ ਨੇ, ਮਤਲਬ ਹੈਪੀ ਦੇ ਵੀ ਦੋ ਤਿੰਨ ਸੌਂਗ ਨੇ, ਅਤੇ ਬਹੁਤ ਵਧੀਆ ਰਾਈਟਿੰਗ ਕਰਦੇ ਨੇ ਸਾਰੇ ਫਟਾਫਟ, ਜਿਸ ਤਰ੍ਹਾਂ ਵੀ ਦੱਸੀ ਦਾ ਗਿਆ ਜਾਂ ਸੌਂਗ ਚਾਹੀਦਾ ਇਸ ਤਰ੍ਹਾਂ ਦਾ ਕ੍ਰੀਏਟ ਕਰਕੇ ਦਿੰਦੇ ਨੇ, ਬਿਲਕੁਲ ਬਿਲਕੁਲ, ਬਹੁਤ ਕੁਇਕ ਹੁੰਦੇ ਨੇ ਔਰ ਕਈ ਸਾਰੇ ਆਪਸ਼ਨ ਹੁੰਦੇ ਨੇ ਢੇਰਾਂ ਸਾਰੇ, ਤਾਂ ਉਹਨਾਂ 'ਚੋਂ ਚੂਜ਼ ਕਰਨਾ ਪੈਂਦਾ ਸਾਨੂੰ ਵੀ ਕਿਹੜਾ ਬੈਸਟ ਹੈ, ਕਿਹੜਾ ਸਾਡੀ ਕਹਾਣੀ ਦੇ ਅਕੋਰਡਿੰਗ ਬਹੁਤ ਅੱਛਾ ਜਾ ਰਿਹਾ। ਅੱਛਾ, ਸ਼ੂਟਸ ਨੇ ਜਿਹੜੇ ਉਹ ਤਕਰੀਬਨ ਆਲਮੋਸਟ ਸਾਰੇ ਪੰਜਾਬ 'ਚ ਨੇ? ਨਹੀਂ, ਇਹ ਸਾਰੀ ਫਿਲਮ ਸ਼ੂਟ ਰਾਜਸਥਾਨ 'ਚ ਹੋਈ ਹੈ। ਅੱਛਾ, ਓਲਡ ਪੰਜਾਬ ਕਰਕੇ, ਕਿਉਂਕਿ ਪੰਜਾਬ 'ਚ ਥੋੜ੍ਹਾ ਟੈਕਸਚਰ ਮਿਲਦਾ ਨਹੀਂ ਹੈ ਨਾ, ਮੋਸਟਲੀ ਸਾਰਾ ਪੰਜਾਬ ਪੱਕਾ ਹੋ ਗਿਆ, ਗਲੀਆਂ ਨਾਲੀਆਂ 'ਚ ਜਿਵੇਂ ਐਡਵਾਂਸ ਦੇ ਤੌਰ 'ਤੇ, ਔਰ ਤਾਂ ਇਹ ਰਾਜਸਥਾਨ 'ਚ ਜਿਵੇਂ ਸਾਰੀਆਂ ਫਿਲਮਾਂ ਨਿੱਕਾ ਟੂ ਹੋਈ ਹੈ, ਅੰਗਰੇਜ਼ ਹੋਈ ਹੈ, ਬੰਬੂ ਘਾਟ ਹੋਈ, ਤਾਂ ਬਹੁਤ ਸਾਰੇ ਸਬਜੈਕਟ ਸਾਰੇ ਉੱਧਰ ਹੁੰਦੇ ਨੇ, ਤਾਂ ਕਿਉਂਕਿ ਉੱਧਰ ਉਹ ਉਸ ਪੀਰੀਅਡ ਦਾ ਇੱਕ ਟਾਈਪ ਵਿਲੇਜ ਮਿਲ ਜਾਂਦੇ ਨੇ, ਤਾਂ ਇਸ ਕਰਕੇ ਸਾਰੀਆਂ ਉੱਥੇ ਸਾਰਾ ਕੁਛ ਉੱਥੇ ਆਸ ਪਾਸ ਨੇੜੇ ਤੇੜੇ, ਕੁਛ ਪਾਰਟ ਫਿਰੋਜ਼ਪੁਰ ਦੇ ਵਿੱਚ ਹੋਇਆ ਜਿਹੜਾ ਤੁਸੀਂ ਗਾਣੇ ਦੇਖੋਗੇ, ਜਾਂ ਕੁਛ ਸੀਨਸ ਨੇ ਰੋਮੈਂਟਿਕ ਦਰਿਆ ਦੇ ਕਿਨਾਰੇ 'ਤੇ, ਉਹ ਚੀਜ਼ਾਂ ਕੁਛ ਫਿਰੋਜ਼ਪੁਰ ਫਿਲਮਾਈਆਂ ਗਈਆਂ। ਅੱਛਾ, ਇੱਕ ਹੋਰ ਗੱਲ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਇੱਕ ਫਿਲਮ ਕੀਤੀ ਸੀ ਸੂਬੇਦਾਰ ਜੋਗਿੰਦਰ ਸਿੰਘ, ਬੜਾ ਪਿਆਰ ਲੋਕਾਂ ਨੇ ਦਿੱਤਾ, ਬੜੀ ਬਹੁਤ ਉਹਦੀ ਕੋਨਸੈਪਟ ਨੂੰ ਬੜਾ ਪਸੰਦ ਕੀਤਾ ਲੋਕਾਂ ਨੇ, ਪਰ ਉਹਨੂੰ ਕੋਈ ਅਵਾਰਡਸ ਨਹੀਂ ਮਿਲਿਆ, ਮਤਲਬ ਉਹ ਇੰਨਾ ਇਸ ਤਰ੍ਹਾਂ ਕੀ ਐਸਾ ਕੋਈ ਸੀਨ ਸੀ? ਨਹੀਂ, ਇਹਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਹੈ ਨਹੀਂ, ਮੈਨੂੰ ਲੱਗਦਾ ਕਿ ਨੋਮੀਨੇਸ਼ਨ ਦੇ ਵਿੱਚ ਸ਼ਾਇਦ ਪ੍ਰੋਡਿਊਸਰਸ ਨੇ ਜਾਂ ਫਿਲਮ ਨਹੀਂ ਜਾਂ ਇਹਨਾਂ ਨੂੰ ਟਾਈਮਿੰਗ ਵੀ ਹੁੰਦੀ ਹੈ ਨੋਮੀਨੇਟ ਕਰਨ ਦੀ, ਅਤੇ ਉਹਨਾਂ ਦੀ ਜ਼ਿਆਦਾ ਮਿਸਿੰਗ ਹੋਣੀ ਜਾਂ ਕੁਛ ਹੋਰ ਕੁਛ ਟਰਮ ਐਂਡ ਕੰਡੀਸ਼ਨਸ ਹੋਣਗੀਆਂ, ਪਰ ਫਿਰ ਵੀ ਮੈਂ ਇੰਨਾ ਕੁ ਸੋਚਦਾ ਕਿ ਇਸ ਤਰ੍ਹਾਂ ਦੀ ਜੇ ਕੋਈ ਡਿਫਰੈਂਟ ਫਿਲਮ ਆਉਂਦੀ ਹੈ ਤਾਂ ਅਵਾਰਡਸ ਵਾਲਿਆਂ ਨੂੰ ਉਹਦੇ ਵਿੱਚ ਹਲਕਾ ਫੁਲਕਾ ਉਸ ਮਤਲਬ ਫਿਲਮ ਦਾ ਡਿਫਰੈਂਟ ਫਿਲਮ ਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਉਸ ਫਿਲਮ 'ਚ ਮਿਹਨਤ ਬਹੁਤ ਜ਼ਿਆਦਾ ਸੀ, ਮਤਲਬ ਮੇਰੇ ਵੀ ਕਈ ਲਿੰਕਸ ਜਿਹੜੇ ਲੋਕ ਸੀ ਜਿਨ੍ਹਾਂ ਨੇ ਉਹ 'ਚ ਕੰਮ ਕੀਤਾ, ਤਾਂ ਉਹਨਾਂ ਦੱਸਿਆ ਕਿ ਉਦੋਂ ਠੰਡ ਬਹੁਤ ਹੁੰਦੀ ਸੀ ਉੱਥੇ, ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਉੱਥੇ, ਬਿਲਕੁਲ ਇੱਕ ਦੋ ਡਿਗਰੀ ਮਾਈਨਸ ਤੱਕ ਵੀ ਕਈ ਵਾਰੀ ਹੁੰਦਾ ਸੀਗਾ, ਸੁਬਹਾ ਸੁਬਹਾ ਮਤਲਬ ਅਸੀਂ ਜਾਂਦੇ ਸੀ ਤਾਂ ਜਿਹੜੀਆਂ ਰਾਤ ਦੀਆਂ ਕੋਈ ਬੋਤਲਸ ਪਈਆਂ ਉਹ ਜੰਮੀਆਂ ਹੁੰਦੀਆਂ ਸੀਗੀਆਂ, ਕਈ ਵਾਰੀ ਤਾਂ ਮਤਲਬ ਅਸੀਂ ਪਾਣੀ ਜਿਹੜਾ ਰਾਤ ਨੂੰ ਲੋਕ ਲਾਸਟ ਜਾਂਦੇ ਡੋਲ ਕੇ ਚਲੇ ਜਾਂਦੇ ਨਾ, ਸੁਬਹਾ ਉਹ ਬਰਫ਼ ਬਣੀ ਪਈ ਹੁੰਦੀ ਸੀ, ਪਾਣੀ ਜ਼ਮੀਨ 'ਚ ਨਹੀਂ ਜਾਂਦਾ, ਦੇਖਿਆ ਤੇ ਇੱਕ ਜਗ੍ਹਾ ਤੇ ਉਹ ਹਵਾ ਦਾ ਇੱਕ ਜਿਹੜਾ ਬੁਲਬੁਲਾ ਗੋਲ ਜਿਹਾ ਆਉਂਦਾ ਤੇ ਉਹ ਚਲਾ ਜਾਂਦਾ, ਬੜਾ ਡਿਫਿਕਲਟ ਸੀ ਉੱਥੇ। ਹਾਂ, ਉਹ ਡੇਲੀ ਹਰ ਰੋਜ਼ ਮਤਲਬ ਮੋਸਟਲੀ ਆਉਂਦਾ ਸੀ ਦੁਪਹਿਰੇ 12-1 ਵਜੇ, ਬਹੁਤ ਹੀ ਵੱਡਾ ਵਾਵ ਰੋਲਾ ਟਾਈਪ ਇੱਕ ਜਿਹਨੂੰ ਕਹਿੰਦੇ ਵਾਵ ਰੋਲਾ, ਤੋ ਕਾਫੀ ਸਾਡਾ ਡੇਢ ਕੁ ਘੰਟਾ ਖਰਾਬ ਕਰਦਾ ਸੀ, ਹਰ ਜਗ੍ਹਾ ਤੇ ਨਹੀਂ ਸੀ, ਕਿਤੇ ਕਿਤੇ ਕੋਈ ਖੜਾ ਦੇ ਇੱਕ ਪਾਸੇ ਆਉਂਦਾ ਜਾਂ ਦੂਜੇ ਪਾਸੇ ਮੂਵਿੰਗ ਕਰਦਾ ਸੀਗਾ, ਤੇ ਡਿਫਿਕਲਟ ਕਰਦਾ ਸੀ, ਸਾਡਾ ਕਈ ਵਾਰੀ ਸਮਾਨ ਵੀ ਇੱਧਰ ਉੱਧਰ ਡਿੱਗ ਪੈਂਦਾ ਸੀ ਜਾਂ ਸਾਡੇ ਟੈਂਟ ਲੱਗੇ ਸੀ ਉਹ ਪੱਟੇ ਜਾਂਦੇ ਸੀਗੇ, ਕਾਫੀ ਪਾਵਰਫੁਲ ਹੁੰਦਾ ਸੀ। ਅੱਛਾ, ਇਸ ਫਿਲਮ ਦੀ ਆਪਾਂ ਹੋਰ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਇਹ ਉਸ ਕੋਨਸੈਪਟ ਹੈ ਨਾ, ਉਦਾਂ ਦੇ ਕੋਨਸੈਪਟ ਲੋਕ ਅੱਜ ਡੇਟ 'ਚ ਪਸੰਦ ਵੀ ਬਹੁਤ ਕਰ ਰਹੇ ਨੇ, ਅਤੇ ਅੱਗੋਂ ਵੀ ਡਿਮਾਂਡ ਮਤਲਬ ਰਹਿੰਦੀ ਹੈ ਕਿ ਇੱਦਾਂ ਦੇ ਕੋਨਸੈਪਟ ਉੱਤੇ ਫਿਲਮ ਬਣੇ? ਬਿਲਕੁਲ ਬਿਲਕੁਲ, ਹਰ ਵਾਰੀ ਅਲੱਗ ਕੰਸੈਪਟ 'ਤੇ ਕੰਮ ਕਰਨ 'ਚ ਮਜ਼ਾ ਆਉਂਦਾ, ਜਿਵੇਂ ਤੁਸੀਂ ਦੇਖੋਗੇ ਅੰਗਰੇਜ਼ ਅਲੱਗ ਹੈ, ਨਿੱਕਾ 1 ਅਲੱਗ ਹੈ, 2 ਬਿਲਕੁਲ ਅਲੱਗ ਹੈ, ਮਰ ਗਏ ਲੋਕੋ ਟੋਟਲ ਅਲੱਗ ਹੈ, ਜੋਗਿੰਦਰ ਸਿੰਘ ਦਾ ਕੰਸੈਪਟ ਬਿਲਕੁਲ ਹੀ ਅਲੱਗ ਹੈ, ਹੁਣ ਮੁਕਲਾਵਾ ਦਾ ਵੀ ਮਤਲਬ ਪੂਰਾ ਡਿਫਰੈਂਟ ਆ। ਅਗਰ ਪ੍ਰੋਪਰ ਵੈਸਟਰਨਾਈਜ਼ ਫਿਲਮ ਬਣੀ ਹੋਵੇ ਤਾਂ ਅਪੋਜ਼ਿਟ ਅਗਰ ਇਹ ਚਲਾ ਜਾਵੇ ਤਾਂ ਇਹਨਾਂ ਨੂੰ ਵੀ ਜ਼ਿਆਦਾ ਰਿਸਪੋਂਸ ਮਿਲਦਾ ਫਿਲਮ ਦਾ? ਬਿਲਕੁਲ ਬਿਲਕੁਲ, ਉਹ ਤਾਂ ਜਿਸ ਤਰ੍ਹਾਂ ਦਾ ਸਬਜੈਕਟ ਆ ਉਸੇ ਤਰ੍ਹਾਂ ਦਾ ਰਿਸਪੋਂਸ ਲੋਕ ਆਡੀਅੰਸ ਦੇਖਣਾ ਚਾਹੁੰਦੀ ਹੈ ਹਰ ਚੀਜ਼, ਫਿਲਮ ਦਾ ਕੋਈ ਸਪੈਸੀਫਿਕੇਸ਼ਨ ਨਹੀਂ ਹੁੰਦੀ ਕਿ ਇਹੋ ਜਿਹੀ ਹੋਣੀ ਚਾਹੀਦੀ ਹੈ, ਅੱਛੀ ਫਿਲਮ ਹੋਣੀ ਚਾਹੀਦੀ ਹੈ ਕੋਈ ਵੀ ਕਹਾਣੀ ਹੋਈ। ਬਿਲਕੁਲ। ਅੱਛਾ, ਇਸ ਫਿਲਮ ਨੂੰ ਲੈ ਕੇ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ 'ਚ ਜਿਹੜੇ ਆਲਮੋਸਟ ਆਰਟਿਸਟ ਕਾਫੀ ਸਾਰੇ ਵਾਰ ਕਰ ਚੁੱਕੇ ਨੇ, ਕੁਛ ਨਵੇਂ ਆਰਟਿਸਟ ਨੂੰ ਵੀ ਇਹਦੇ ਵਿੱਚ ਮੌਕਾ ਮਿਲਦਾ? ਹਾਂ, ਹੁੰਦਾ ਹੈ ਹਰ ਵਾਰੀ, ਦੇਖੋ ਜੋਗਿੰਦਰ ਸਿੰਘ 'ਚ ਵੀ ਬਹੁਤ ਸਾਰੇ ਨਵੇਂ ਸੀਗੇ, ਜਦੋਂ ਅੰਗਰੇਜ਼ ਆਈ ਸੀ ਅੰਗਰੇਜ਼ 'ਚ ਵੀ ਬੜੇ ਸਾਰੇ ਕਰੈਕਟਰ ਨਵੇਂ ਸੀਗੇ, ਨਿੱਕਾ 1-2 ਦੇ ਵਿੱਚ ਵੀ ਥੋੜ੍ਹੇ ਥੋੜ੍ਹੇ, ਉਸੇ ਤਰ੍ਹਾਂ ਮੁਕਲਾਵਾ 'ਚ ਵੀ 1-2 ਕਰੈਕਟਰ ਹੈਗੇ ਨੇ, ਔਰ ਨੈਕਸਟ ਫਿਲਮ ਜਿਹੜੀ ਆ ਰਹੀ ਉਹਨਾਂ ਦੇ ਵਿੱਚ ਵੀ ਮਤਲਬ ਨਵੇਂ ਨਵੇਂ ਆਰਟਿਸਟਾਂ ਨੂੰ ਚਾਂਸ ਮਿਲਦਾ ਕੰਮ ਕਰਨ ਦਾ, ਅਤੇ ਕਰੈਕਟਰ ਦੀ ਡਿਮਾਂਡ ਹੁੰਦੀ ਹੈ ਵੀ ਇਸ ਤਰ੍ਹਾਂ ਦਾ ਕਰੈਕਟਰ ਚਾਹੀਦਾ, ਉਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਲੈ ਕੇ ਆਉਂਦੇ। ਅੱਛਾ, ਪੰਜਾਬੀ ਇੰਡਸਟਰੀ ਬਾਰੇ ਦੱਸੋ ਕਿ ਜਿਵੇਂ ਹੁਣ ਪੰਜਾਬੀ ਇੰਡਸਟਰੀ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ, ਪਹਿਲਾਂ ਫਿਲਮਾਂ ਇੰਨੀਆਂ ਨਹੀਂ ਸੀ ਬਣਦੀਆਂ, ਪਰ ਅੱਜ ਰੇਟ ਤਾਂ ਬੈਕ ਟੂ ਬੈਕ ਮੂਵੀਜ਼ ਆ ਰਹੀਆਂ ਨੇ, ਹੈ ਨਾ, ਥੀਏਟਰਸ ਦਾ ਅਗਰ ਤੁਸੀਂ ਦੇਖੋ ਤਾਂ ਹਰ ਪਰ ਵੀ ਕੋਈ ਨਾ ਕੋਈ ਫਿਲਮ ਤਾਂ ਪੰਜਾਬੀ ਰਹਿੰਦੀ ਰਹਿੰਦੀ ਹੈ। ਬਿਲਕੁਲ। ਇੰਡਸਟਰੀ 'ਚ ਕਿੱਦਾਂ ਦਾ ਕੰਮ ਹੋਣਾ ਚਾਹੀਦਾ, ਕਿੱਦਾਂ ਦੀ ਉਹਦਾ ਮਤਲਬ ਮੁੱਢ ਹੋਣਾ ਚਾਹੀਦਾ, ਜਿਵੇਂ ਤੁਸੀਂ ਡਾਇਰੈਕਟ ਕਰਦੇ ਹੋ ਮੂਵੀ, ਹੋਰ ਵੀ ਡਾਇਰੈਕਟਰਸ ਨੇ ਜਿੱਦਾਂ ਵੀ ਨੇ, ਕਿ ਫਿਲਮ ਦਾ ਇੱਕ ਥੰਬ ਜਿਹੜਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਕਿ ਇੰਡਸਟਰੀ ਜਿਹੜੀ ਉਹ ਹੋਰ ਗਰੋ ਕਰੇ?
ਦੇਖੋ ਗਰੋਇੰਗ ਦੀ ਨਿਸ਼ਾਨੀ ਤਾਂ ਤੁਸੀਂ ਕਹਿ ਰਹੇ ਕਿ ਹਰ ਵੀਕ ਫਿਲਮ ਆਉਂਦੀ ਹੈ ਤਾਂ ਇੱਕ ਗੁੱਡ ਸਾਈਨ ਹੈ, ਅੱਛਾ ਸੰਕੇਤ ਹੈਗਾ ਵੀ ਪੰਜਾਬੀ ਇੰਡਸਟਰੀ ਅੱਗੇ ਵੱਧ ਰਹੀ ਹੈ। ਔਰ ਬਸ ਇਹੀ ਇੰਪਰੂਵਮੈਂਟ ਇਹ ਆ ਕਿ ਇਹਦੇ ਵਿੱਚ ਜਿਹੜੇ ਸਬਜੈਕਟ ਬਣ ਰਹੇ ਨੇ ਕੁਛ ਕੁ ਚੀਜ਼ਾਂ ਮਤਲਬ ਅਪ ਟੂ ਮਾਰਕ ਨਹੀਂ ਹਜੇ ਹੈਗੀਆਂ, ਕੁਛ ਮਤਲਬ ਪ੍ਰੋਫੈਸ਼ਨਲੀ ਥੋੜ੍ਹੇ ਜਿਹਾ ਵੀਕ ਨੇ, ਜੇ ਉਹ ਹੋਰ ਵੀ ਆਉਣ ਵਾਲੇ ਸਮੇਂ 'ਚ ਠੀਕ ਹੋ ਜਾਣਗੀਆਂ ਬਸ ਜਿਹੜੀ ਪੰਜਾਬੀ ਇੰਡਸਟਰੀ ਦੀ ਗਰੋਇੰਗ ਆ ਹੋਰ ਵੀ ਬੈਟਰ ਹੋ ਜਾਏਗੀ। ਅਜੇ ਸਾਡੀਆਂ ਜਿਹੜੀਆਂ ਫਿਲਮਾਂ ਨੇ ਮਤਲਬ ਬਹੁਤ ਘੱਟ ਨੇ ਜੋ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ 'ਤੇ ਖੜੀਆਂ ਹੋਣ। ਬਿਲਕੁਲ, ਜਿਸ ਤਰ੍ਹਾਂ ਹੋਰ ਲੈਂਗੁਏਜ ਦੀ ਮਰਾਠੀ ਲੈਂਗੁਏਜ ਦੀਆਂ ਫਿਲਮਾਂ, ਬੰਗਾਲੀ ਲੈਂਗੁਏਜ ਦੀਆਂ ਫਿਲਮਾਂ ਹੈ ਨਾ, ਜਿਹੜੀਆਂ ਸਾਊਥ ਦੀਆਂ ਫਿਲਮਾਂ ਇੱਕ ਮਾਰਕ 'ਤੇ ਖੜੀਆਂ ਹੁੰਦੀਆਂ, ਵਰਲਡ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਦੇਖਿਆ ਜਾਂਦਾ। ਪਰ ਸਾਡੀਆਂ ਇਹੋ ਜਿਹੀਆਂ ਫਿਲਮਾਂ ਬਹੁਤ ਘੱਟ ਨੇ, ਹਰ ਸਾਲ 'ਚ ਇੱਕ ਦੋ ਫਿਲਮਾਂ ਜਾਂ ਤਿੰਨ ਫਿਲਮਾਂ ਬਣਦੀਆਂ ਜਿਨ੍ਹਾਂ ਨੂੰ ਮਤਲਬ ਤੁਸੀਂ ਨੈਸ਼ਨਲ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਮਤਲਬ ਪਹਿਚਾਣ ਬਣੇ ਜੀ ਦੀ। ਤਾਂ ਇਹ ਜ਼ਰੂਰੀ ਹੁੰਦਾ ਹਰ ਸਿਨੇਮੇ ਦੇ ਵਿੱਚ ਕੁਛ ਇਹੋ ਜਿਹੇ ਸਬਜੈਕਟ ਬਣਨੇ ਕਿ ਜਿਹੜੇ ਬਾਹਰ ਦੇ ਲੋਕ ਵੀ ਉਹਨਾਂ ਨੂੰ ਇੰਟਰਸਟ ਨਾਲ ਸੋਚਣ, ਸੁਣਨ, ਦੇਖਣ, ਤਾਂ ਉਹਦੇ ਨਾਲ ਸਿਨੇਮੇ ਦੀ ਹੋਰ ਜਿਹੜੀ ਹੈ ਤਰੱਕੀ ਜਾਂ ਅੱਗੇ ਵਧਣ ਦੀ ਮਤਲਬ ਜਿਹੜੀ ਸਪੀਡ ਆ ਵੱਧ ਹੁੰਦੀ। ਬਾਹਰ ਵੱਸਦੇ ਪੰਜਾਬੀ ਨੇ ਜਿਹੜੇ ਇੱਥੋਂ ਦੀ ਬਾਹਰ ਨੇ ਉਹ ਵੀ ਬਹੁਤ ਮਿਸ ਕਰਦੇ ਇਹਨਾਂ 'ਚ ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ, ਇਸ ਤਰ੍ਹਾਂ ਦੇ ਕੰਸੈਪਟਸ ਨੂੰ ਕਿ ਸਾਨੂੰ ਪੁਰਾਣਾ ਉਹ ਪੰਜਾਬ ਦਿੱਖੇ ਹੈ ਨਾ। ਬਹੁਤ ਸਾਰੇ ਉਹਨਾਂ 'ਚ ਵੀ ਕਈ ਨਿਊ ਜਨਰੇਸ਼ਨ ਵੀ ਉਹਨਾਂ ਦੇ ਨਾਲ ਮੂਵੀਜ਼ ਦੇਖਦੇ ਨੇ ਤਾਂ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਪੰਜਾਬ ਬੇਸਿਕਲੀ ਇੱਦਾਂ ਦਾ ਸੀ, ਕਿੱਦਾਂ ਹਾਸੇ ਠੇਠੇ ਚੱਲਦੇ ਨੇ ਇੱਥੇ, ਪੰਜਾਬੀ ਸੱਭਿਆਚਾਰ ਜਿਹੜਾ ਉਹ ਦੇਖਣ ਨੂੰ ਮਿਲਦਾ। ਬਿਲਕੁਲ ਬਿਲਕੁਲ, ਜਿਹੜੇ ਸਾਡੇ ਬਾਹਰ ਦੇ ਦਰਸ਼ਕ ਕਾਫੀ ਦੇਰ ਪੰਜਾਬ ਤੋਂ ਬਾਹਰ ਗਏ ਹੋਏ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੇਖੀਏ ਅਤੇ ਉਹ ਫਿਲਮਾਂ ਪਸੰਦ ਕਰਦੇ ਨੇ। ਅੱਛਾ ਸਰ, ਇਸ ਤੋਂ ਬਾਅਦ ਤੁਸੀਂ ਸਾਨੂੰ ਇਹ ਦੱਸੋਗੇ ਜਿਹੜੀਆਂ ਨੈਕਸਟ ਪ੍ਰੋਜੈਕਟਸ ਨੇ ਜਿਹੜੇ ਤੁਹਾਡੇ, ਉਹਨਾਂ ਬਾਰੇ ਕੋਈ ਦੱਸੋ। ਨੈਕਸਟ ਨਿੱਕਾ ਦਿਲ ਦਾ 3 ਜਿਹੜੀ ਸ਼ੂਟ ਹੋ ਚੁੱਕੀ ਹੈ, ਰੈਡੀ ਹੈ, ਬਸ ਉਹਦਾ ਕੰਮ ਐਡਿਟ ਦਾ ਪੋਸਟ ਸ਼ੁਰੂ ਹੋ ਜਾਣਾ ਅਤੇ 20 ਸਤੰਬਰ ਨੂੰ ਵੀ ਫਲੋਰ ਸਕਰੀਨ 'ਤੇ ਆ ਰਹੀ ਹੈ। ਇਸ ਤੋਂ ਬਾਅਦ ਡੈਡੀ ਕੂਲ ਬਿਊਟੀਫੁੱਲ ਪਾਰਟ 2 ਜਿਹੜਾ ਕਾਫੀ ਸਾਲ ਪਹਿਲਾਂ ਆਇਆ ਸੀ ਤਾਂ ਵਾਪਸ ਉਹਦਾ ਪਾਰਟ 2 ਫਲੋਰ 'ਤੇ ਜਾ ਰਿਹਾ ਜੁਲਾਈ ਦੇ ਵਿੱਚ ਅਤੇ ਨੈਕਸਟ ਈਅਰ ਅਰਲੀ ਮੰਥ ਦੇ ਵਿੱਚ ਉਹ ਵੀ ਰਿਲੀਜ਼ ਹੋ ਜਾਏਗੀ। ਤਾਂ ਫਿਲਹਾਲ ਤਾਂ ਇਹ 2 ਫਿਲਮ ਜਿਹੜੀਆਂ ਹੈਗੀਆਂ ਨੇ ਪਾਈਪਲਾਈਨ 'ਚ ਰੈਡੀ ਹੈਗੀਆਂ ਨੇ, ਬਾਕੀ ਅੱਗੇ ਪ੍ਰੋਸੈਸ 'ਚ ਹੈ ਕੰਮ। ਅੱਛਾ, ਤੁਸੀਂ ਸਰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਮੁਕਲਾਵਾ ਫਿਲਮ ਬਾਰੇ ਹੋਰ ਦੱਸੋ ਵੀ ਨੈਕਸਟ ਜਦੋਂ ਰਿਲੀਜ਼ ਹੋ ਰਹੀ 24 ਮਈ ਨੂੰ ਆ ਰਹੀ ਆ, ਉਹਦੇ ਬਾਰੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਸ ਵੈਸੇ ਕੀ ਹੈ, ਰੈਡੀ ਹੈ ਫਿਲਮ, ਦਰਸ਼ਕਾਂ ਨੂੰ ਪੂਰਾ ਪਤਾ ਲੱਗ ਚੁੱਕਿਆ, ਕਾਫੀ ਪਬਲਿਸਿਟੀ ਅਸੀਂ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਪਤਾ ਲੱਗੇ ਔਰ ਦਰਸ਼ਕਾਂ ਦੇ ਵਿੱਚ ਫਿਲਮ ਵਾਸਤੇ ਕਾਫੀ ਮਤਲਬ ਹੈ ਥੋੜ੍ਹੀ ਸੀ ਵੀ ਜਾਈਏ ਦੇਖੀਏ ਅਤੇ ਇਸੇ ਤਰ੍ਹਾਂ ਹੀ ਸਟਰੋਂਗ ਬਣਿਆ ਰਹੇ ਦਰਸ਼ਕਾਂ ਦਾ ਪਿਆਰ ਅਤੇ ਜਾਣ। 24 ਮਈ ਆਉਣ ਵਾਲੀ ਹੈ, ਥੋੜ੍ਹੇ ਦਿਨ ਰਹਿ ਗਏ ਨੇ ਅਤੇ ਜਾ ਕੇ ਥੀਏਟਰ ਦੇ ਵਿੱਚ ਦੇਖਣ ਸਾਰੇ ਅਤੇ ਅੱਛਾ ਕਾਮਯਾਬੀ ਮਿਲੇ ਤਾਂ ਬਹੁਤ ਅੱਛਾ ਲੱਗਦਾ। ਸੋ ਸਾਰਿਆਂ ਨੂੰ ਸਾਡੇ ਵੱਲੋਂ ਵੀ ਔਰ ਸਾਡੀ ਅਮੇਜ਼ਿੰਗ ਟੀਮ ਵੱਲੋਂ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਜ਼ਰੂਰ ਫਿਲਮ ਦੇਖਿਓ, ਫਿਲਮ ਬਹੁਤ ਸੋਹਣੀ ਹੈ, ਤੁਸੀਂ ਆਲਮੋਸਟ ਸਾਰੇ ਜਣੇ ਉਹਦਾ ਟ੍ਰੇਲਰ ਜਿਹੜਾ ਉਹ ਵੇਖ ਚੁੱਕੇ ਹੋ। ਸੋ ਸਰ ਤੁਹਾਨੂੰ ਵੀ ਸਾਡੀ ਅਮੇਜ਼ਿੰਗ ਟੀਮ ਵੱਲੋਂ ਬੈਸਟ ਵਿਸ਼ਿਜ਼, ਬਹੁਤ ਬਹੁਤ ਥੈਂਕ ਯੂ ਵੈਰੀ ਮੱਚ, ਅਮੇਜ਼ਿੰਗ ਟੀਮ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਡਾਇਰੈਕਟਰ। ਸੋ ਨੈਕਸਟ ਇੱਕ ਫਿਰ ਨਵੇਂ ਆਰਟਿਸਟ ਦੇ ਨਾਲ ਅਸੀਂ ਤੁਹਾਡੀ